ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ, ਪੰਜਾਬੀ ਵਿਭਾਗ, ਨਵਰੂਪ। ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਐੱਮ ਏ ਸਮੈਸਟਰ ਥਰਡ ਸੈਮ ਦੇ ਸਟੂਡੈਂਟਸ ਦੇ ਨਾਲ, ਪੰਜਾਬੀ ਦੀ ਇੱਕ ਬਹੁਤ ਜਾਣੀ ਪਛਾਣੀ ਸ਼ਖਸੀਅਤ ਸੁਖਵਿੰਦਰ ਅੰਮ੍ਰਿਤ। ਸੁਖਵਿੰਦਰ ਅੰਮ੍ਰਿਤ ਇੱਕ ਬਹੁਤ ਹੀ ਜਾਣਿਆ ਪਛਾਣਿਆ ਨਾਮ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਕਵਿਤਾ ਦੇ ਵਿੱਚ। ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਰੀ ਹੈ, ਇਹ ਅਸੀਂ ਸਾਰੇ ਜਾਣਦੇ ਹਾਂ, ਅਤੇ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਹੀ ਵਧੀਆ ਕਾਵਿ ਸਿਰਜਣਾ ਕਰਕੇ ਮਾਲੋਮਾਲ ਕੀਤਾ। ਉਹਨਾਂ ਨਾਲ ਪਿੰਡ ਸਦਰਪੁਰ ਵਿਖੇ ਹੋਇਆ, ਬਚਪਨ ਤੋਂ ਹੀ ਉਹਨਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਸੀ। ਇੱਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਉਸ ਕਾਪੀ ਨੂੰ ਚੁੱਲ੍ਹੇ ਵਿੱਚ ਸਾੜ ਦਿੱਤਾ ਅਤੇ ਉਸਨੂੰ ਬੜੀ ਮਾਰ ਪਈ। ਉਸਦੇ ਮਾਪਿਆਂ ਨੇ ਛੇਤੀ ਹੀ ਉਹਦਾ ਵਿਆਹ ਕਰ ਦਿੱਤਾ ਅਤੇ ਸਹੁਰੇ ਪਰਿਵਾਰ ਦਾ ਮਾਹੌਲ ਵੀ ਪੇਕਿਆਂ ਤੋਂ ਵੱਖਰਾ ਨਹੀਂ ਸੀ। ਪਰ ਹੌਲੀ ਹੌਲੀ ਉਹਨੇ ਆਪਣੇ ਜੀਵਨ ਸਾਥੀ ਨੂੰ ਆਪਣੇ ਪਿਆਰ ਸਿਆਣਪ ਦੇ ਨਾਲ ਜਿੱਤਿਆ। ਫਿਰ ਉਹ ਪੜ੍ਹਨ ਲੱਗ ਪਈ ਅਤੇ ਐੱਮ ਏ ਤੱਕ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਬਹੁਤ ਪ੍ਰਸਿੱਧ ਹਨ ਉਹ ਹਨ ਉਹਨਾਂ ਦੇ ਕਾਵਿ ਸੰਗ੍ਰਹਿ ਕਣੀਆਂ, ਧੁੱਪ ਦੀ ਚੁੰਨੀ, ਚਿੜੀਆਂ, ਧੂੰਆਂ, ਸਬਕ, ਗਜ਼ਲ ਸੰਗ੍ਰਹਿ ਨੇ, ਸੂਰਜ ਦੀ ਦਹਿਲੀਜ਼, ਚਿਰਾਗਾਂ ਦੀ ਡਾਰ, ਪੱਤਝੜ ਵਿੱਚ ਉਂਗਰ ਦੇ ਪੱਤੇ, ਹਜ਼ਾਰ ਰੰਗਾਂ ਦੀ ਲਾਟ, ਪੁੰਨਿਆਂ ਅਤੇ ਕੇਸਰ ਦੇ ਛਿੱਟੇ ਸੰਪਾਦਿਤ ਹੈ। ਸੋ ਪੰਜਾਬੀ ਗਜ਼ਲਾਂ ਅਤੇ ਪੰਜਾਬੀ ਗੀਤ ਅਤੇ ਪੰਜਾਬੀ ਕਵਿਤਾਵਾਂ ਵਿੱਚ ਉਹਨਾਂ ਦਾ ਨਾਮ ਜਾਣਿਆ ਪਛਾਣਿਆ ਹੈ। ਆਓ ਇੱਕ ਨਜ਼ਰ ਮਾਰਦੇ ਹਾਂ ਉਹਨਾਂ ਦੀਆਂ ਗਜ਼ਲਾਂ 'ਤੇ। ਸੁਖਵਿੰਦਰ ਅੰਮ੍ਰਿਤ ਪੰਜਾਬੀ ਗਜ਼ਲਾਂ, ਉਹ ਪੁੱਛਦਾ ਹੈ ਕਦੋਂ ਤੀਕਰ ਕਰਾਂਗੀ ਪਿਆਰ ਮੈਂ ਉਸਨੂੰ, ਉਹਨਾਂ ਦੀ ਬਹਿਸ ਨਾ ਮੁੱਕੀ ਮੈਂ ਆਪਣੀ ਗੱਲ ਮੁਕਾ ਦਿੱਤੀ, ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖਬਰ ਕੋਈ, ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ, ਇਉਂ ਨਾ ਤੂੰ ਫੇਰ ਰੱਖੀਆਂ ਇਉਂ ਨਾ ਨਕਾਰ ਮੈਨੂੰ, ਇਸ਼ਕ ਡਮਰੂ ਸਹੀ ਮਨ ਜਮੂਰਾ ਸਹੀ, ਇਸ਼ਕ ਦੇ ਪੱਤਣਾਂ ਦੇ ਮੇਲੇ ਜੁੜ ਗਏ, ਇੱਕੋ ਹੀ ਰਾਤ ਵਿੱਚੋਂ ਕਿੰਨਾ ਹੁਸੀਨ ਹੋਇਆ, ਸਤਾਏਗਾ ਜੇ ਮੇਰੇ ਸ਼ਹਿਰ ਦਾ ਮੌਸਮ ਚਲਾ ਜਾਵੇ, ਸਦੀਆਂ ਤੋਂ ਮੁਹੱਬਤ ਦਾ ਇਹੀ ਅਫਸਾਨਾ ਹੈ, ਸੱਜਰੇ ਫੁੱਲਾਂ ਦੀਆਂ ਮਹਿਕਾਂ ਵਰਗੇ। ਅਤੇ ਹੋਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਬਹੁਤ ਸਾਰੀਆਂ ਗਜ਼ਲਾਂ ਉਹਨਾਂ ਦੀਆਂ ਜਿਹੜੀਆਂ ਸਾਹਮਣੇ ਨਜ਼ਰ ਆ ਰਹੀਆਂ ਨੇ, ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ। ਇੱਕ ਨੂੰ ਤੂੰ ਨੀਰ, ਦੂਜੇ ਨੂੰ ਜ਼ਮੀਨ ਕਰਦੇ ਸਾਹਿਬ, ਜ਼ਿੰਦਗੀ ਰੇਤ ਹੈ, ਨੀਰ ਹੈ ਜਾਂ ਹਵਾ ਜ਼ਿੰਦਗੀ, ਮੇਰੀ ਤਸੀਰ ਮਿੱਟੀ ਦੀ ਤੂੰ ਅੱਥਰਾ ਵੇਗ ਪਾਣੀ ਦਾ। ਕਿਤੇ ਉਹ ਲਿਖਦੇ ਹਨ, ਤਿਹਾਈ ਮਰ ਰਹੀ ਧਰਤੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ, ਸੁਬਾਹ ਤੋਂ ਸ਼ਾਮ ਹੋ ਗਈ ਹੁਣ ਤਾਂ ਘਰ ਜਾਣਾ ਹੀ ਬਣਦਾ ਸੀ, ਹਨੇਰਾ ਚੀਰਿਆ ਜਾਂਦਾ ਨਜ਼ਰ ਬਾਰੀਕ ਹੋ ਜਾਂਦੀ, ਸੀਨੇ 'ਚੋਂ ਲੈ ਕੇ ਅਗਨੀ ਕਾਇਆ 'ਚੋਂ ਢਾਲ ਦੇਵੇ, ਬਹਿਸ ਨਿੱਤ ਭਕਦੀ ਹੈ ਖਾਲੀ ਮਿਆਨ 'ਤੇ। ਅਤੇ ਉਹਨਾਂ ਦੇ ਕੁਛ ਗੀਤ ਵੀ ਨੇ, ਦੇਖੋ ਗੀਤ ਜਿਹੜੇ ਨੇ। ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਆ ਛਾਵੇਂ, ਜ਼ਹਿਰ ਪੀਤਾ ਨਹੀਂ ਹੋ ਜਾਣਾ ਨੀ ਫੁੱਲਾਂ ਵਰਗੀ ਉਹ ਕੁੜੀਓ। ਬਹੁਤ ਹੀ ਵਧੀਆ ਉਹਨਾਂ ਦਾ ਇਹ ਜਿਹੜੀ ਰਚਨਾ ਹੈ, ਨੀ ਫੁੱਲਾਂ ਵਰਗੀ ਉਹ ਕੁੜੀਓ, ਨੀ ਫੁੱਲਾਂ ਵਰਗੀ ਉਹ ਕੁੜੀਓ, ਨੀ ਚੋਭਾਂ ਜਰਦੀ ਉਹ ਕੁੜੀਓ, ਕਰੋ ਕੋਈ ਜਿਉਣ ਦਾ ਹੀਲਾ ਨੀ ਤਿਲ ਤਿਲ ਮਾਰਦੀ ਉਹ ਕੁੜੀਓ, ਤੁਹਾਡੇ ਖਿੜਨ 'ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ, ਅਤੇ ਰੁੱਖ ਵਿਹੜੇ ਦੇ ਕਰ ਲੈਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ, ਇੱਕ ਐਸੀ ਬੇਬਸੀ ਹੈ ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ, ਮਿਲੇ ਕਿਉਂ ਜੂਨ ਹੌਕੇ ਦੀ ਨੀ ਹਾਸੇ ਵਰਗੀ ਉਹ ਕੁੜੀਓ, ਕੋਈ ਬੂਟਾ ਕੋਈ ਛਾਇਆ ਕੋਈ ਸਾਇਆ ਤੁਹਾਡਾ ਕਿਉਂ ਨਹੀਂ ਬਣਦਾ, ਤੁਹਾਡੇ ਸਿਰ ਮੁਹੱਬਤ ਦਾ ਚੰਦੋਆ ਕਿਉਂ ਨਹੀਂ ਤੰਦਾ, ਕਿਤੇ ਤਾਂ ਅੰਤ ਵੀ ਹੋਊ ਥਲਾਂ ਦੀ ਏਸ ਸੁਲਗਨ ਦਾ, ਨੀ ਬੂਟੇ ਲਾਉਂਦੀ ਉਹ ਕੁੜੀਓ, ਨੀ ਚਾਵਾਂ ਕਰਦੀ ਉਹ ਕੁੜੀਓ। ਸੋ ਇਸ ਤਰ੍ਹਾਂ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਗੀਤ ਲਿਖੇ ਹਨ, ਹੋਰ ਵੀ ਲਿਖੇ ਹਨ, ਚਲਾ ਜਾਈ ਢਲ ਜਾਣ ਪਰਛਾਵੇਂ ਜੋਗੀਆ, ਸਤਲੁਜ ਬਿਆਸ ਜੇਲਮ ਰਾਵੀ ਚਨਾਬ ਲੋਕੋ। ਅਤੇ ਜਿੱਥੋਂ ਤੱਕ ਉਹਨਾਂ ਦੀਆਂ ਕਵਿਤਾਵਾਂ ਦੀ ਗੱਲ ਹੈ, ਦੇਖੋ ਕਵਿਤਾਵਾਂ ਦੀ ਲਿਸਟ ਕਿੰਨੀ ਲੰਬੀ ਹੈ, ਉਦਾਸੀ, ਅਸੀਸ, ਇਉਂ ਨਹੀਂ ਵਿਛੜਾਂਗੀ, ਸਬਕ, ਸੱਪ ਅਤੇ ਮੋਰ, ਹੁਣ ਮਾਂ, ਕਤਰਾ, ਟੱਪੇ, ਦੋ ਪੱਤੀਆਂ ਗੁਲਾਬ ਦੀਆਂ, ਤੂੰ, ਧੂੰਆਂ, ਪੰਜ ਤੱਤ, ਬੋਲੀਆਂ ਲਿਖ ਕੇ ਵਿਖਾ ਦੇ ਊੜਾ, ਬੋਲੀਆਂ ਡੇਢ ਤੁਕੀਆਂ, ਮਾਵਾਂ ਅਤੇ ਧੀਆਂ, ਅਸੁਰੱਖਿਅਤ, ਇਕੱਲਤਾ, ਕਿੰਨੀਆਂ ਸਾਰੀਆਂ ਜਿਹੜੀਆਂ ਕਵਿਤਾਵਾਂ ਦੇ ਨਾਮ ਇੱਥੇ ਸਾਹਮਣੇ ਆਪਾਂ ਨੂੰ ਦੇਖਣ 'ਚ ਮਿਲ ਰਹੇ ਹਨ। ਅਤੇ ਆਓ ਉਹਨਾਂ ਦੀ ਇੱਕ ਕਵਿਤਾ ਪੜ੍ਹਦੇ ਹਾਂ ਅਤੇ ਫਿਰ ਇਸ ਗੱਲ ਨੂੰ ਅੱਜ ਇੱਥੇ ਖਤਮ ਕਰਦੇ ਹਾਂ। ਪਹਿਲੀ ਹੀ ਕਵਿਤਾ ਉਦਾਸੀ 'ਤੇ ਜਾਂਦੇ ਹਾਂ,
ਉਦਾਸੀ ਤਾਂ ਇਸ ਗੱਲ ਦੀ ਹੈ। ਸੋ ਇਸ ਵਿੱਚ ਉਹਨਾਂ ਨੇ ਬਹੁਤ ਖੂਬਸੂਰਤੀ ਨਾਲ ਲਿਖਿਆ, ਉਦਾਸੀ ਇਸ ਗੱਲ ਦੀ ਨਹੀਂ ਕਿ ਉਸਨੇ ਮੇਰੇ ਮਨ ਦਾ ਸ਼ੀਸ਼ਾ ਤੋੜ ਦਿੱਤਾ, ਉਦਾਸੀ ਤਾਂ ਇਸ ਗੱਲ ਦੀ ਹੈ ਕਿ ਸ਼ੀਸ਼ੇ ਦੇ ਨਾਲ ਉਸਦਾ ਖੂਬਸੂਰਤ ਅਕਸ ਵੀ ਟੁੱਟ ਗਿਆ। ਫੈਸਲਾ, ਇੱਕ ਹੀ ਨਦੀ ਦੀ ਤੇਹ ਸੀ ਸਾਰੇ ਸਮੁੰਦਰਾਂ ਨੂੰ, ਨਦੀ ਨੂੰ ਹਮਦਰਦੀ ਸੀ ਸਾਰੇ ਹੀ ਸਮੁੰਦਰਾਂ ਨਾਲ, ਨਦੀ ਨੇ ਤੁਰਨ ਤੋਂ ਪਹਿਲਾਂ ਅੱਖਾਂ 'ਤੇ ਪੱਟੀ ਬੰਨ ਲਈ ਅਤੇ ਆਜ਼ਾਦ ਛੱਡ ਦਿੱਤਾ ਪੈਰਾਂ ਨੂੰ ਰਾਹਾਂ 'ਤੇ, ਫੈਸਲਾ ਢਲਾਣਾ ਦੇ ਹੱਥ ਵਿੱਚ ਸੀ। ਸੋ ਬਹੁਤ ਖੂਬਸੂਰਤ ਛੋਟੀਆਂ ਛੋਟੀਆਂ ਕਵਿਤਾਵਾਂ ਸਾਹਮਣੇ ਨਜ਼ਰ ਆ ਰਹੀਆਂ ਹਨ। ਸਬਕ ਕਵਿਤਾ ਬੜੀ ਵਧੀਆ ਹੈ, ਮੇਰੀ ਨੰਨੀ ਬੱਚੀ ਤੇਰੀ ਮਲੂਕ ਗੱਲ 'ਤੇ ਉੱਭਰੀ ਹੋਈ, ਆਪਣੇ ਕਠੋਰ ਹੱਥ ਦੀ ਲਾਸ ਦੇਖ ਕੇ ਮੈਂ ਬਹੁਤ ਸ਼ਰਮਸਾਰ ਹਾਂ, ਮੈਨੂੰ ਮਾਫ਼ ਕਰ, ਮੈਂ ਤੇਰੀ ਗੁਨਾਹਗਾਰ ਹਾਂ, ਪਤਾ ਨਹੀਂ ਕਿਉਂ ਮੈਂ ਤੇਰੀ ਉਮਰ ਅਤੇ ਸਮਰੱਥਾ ਦੇ ਉਲਟ ਚਾਹੁੰਦੀ ਹਾਂ ਕਿ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ ਆੜਾ ਕਾਇਦਾ ਕਿਤਾਬ ਅਤੇ ਕਵਿਤਾ, ਅਤੇ ਜਾਣ ਜਾਵੇਂ ਮਰਦ ਮਾਈਨੇ ਹਕੂਮਤ, ਔਰਤ ਮਾਈਨੇ ਬੇਬਸੀ, ਝਾਂਜਰ ਮਾਈਨੇ ਬੇੜੀ ਅਤੇ ਚੂੜੀ ਮਾਈਨੇ ਹੱਥ ਕੜੀ। ਤੈਨੂੰ ਇਹ ਵੀ ਪਤਾ ਲੱਗੇ ਕਿ ਇਹਨਾਂ ਸ਼ਬਦਾਂ ਦੇ ਉਲਟੇ ਅਰਥ ਕਿਸੇ ਨੇ ਅਤੇ ਕਿਉਂ ਬਣਾਏ ਨੇ। ਚਾਹੀਦਾ ਤਾਂ ਸੀ ਮਰਦ ਮਾਈਨੇ ਮੁਹੱਬਤ, ਔਰਤ ਮਾਈਨੇ ਵਫਾ, ਝਾਂਜਰ ਮਾਈਨੇ ਨ੍ਰਿਤ, ਚੂੜੀ ਮਾਈਨੇ ਅਦਾ। ਇਸ ਲਈ ਮੈਂ ਚਾਹੁੰਦੀ ਹਾਂ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ ਆੜਾ ਕਾਇਦਾ ਕਿਤਾਬ ਅਤੇ ਕਵਿਤਾ, ਅਤੇ ਮੁਕਤ ਕਰ ਸਕੇ ਸ਼ਬਦਾਂ ਨੂੰ ਗਲਤ ਅਰਥਾਂ ਦੀ ਕੈਦ 'ਚੋਂ, ਲੜ ਸਕੇ ਸ਼ਬਦਾਂ ਦੇ ਸਹੀ ਅਰਥਾਂ ਲਈ। ਸੋ ਸਾਰੀਆਂ ਹੀ ਕਵਿਤਾਵਾਂ ਬਹੁਤ ਖੂਬਸੂਰਤ ਨੇ, ਪਰ ਅਸੀਂ ਅੱਜ ਇੱਥੇ ਆਪਣਾ ਲੈਕਚਰ ਖਤਮ ਕਰਦੇ ਹਾਂ ਅਤੇ ਫਿਰ ਅਗਲੀ ਵੀਡੀਓ ਵਿੱਚ ਕਿਸੇ ਹੋਰ ਲੈਕਚਰ ਦੇ ਨਾਲ ਗੱਲ ਕਰਾਂਗੇ, ਕਿਸੇ ਹੋਰ ਵਿਸ਼ੇ 'ਤੇ ਗੱਲ ਕਰਾਂਗੇ।